ਗੁਰੂਘਰ ਦੇ ਵਿੱਚ ਇਹ ਧਮਾਕਾ ਹੋਇਆ ਤੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਗੁਰੂਘਰ ਦੇ ਵਿੱਚ ਧਮਾਕਾ ਜਿਹੜਾ ਉਹ ਹੋਇਆ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ। ਫੋਰੈਂਸਿਕ ਟੀਮ ਦੇ ਵੱਲੋਂ ਜਾਂਚ ਵੀ ਇੱਥੇ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਪੂਰੇ ਇਲਾਕੇ ਨੂੰ ਇਸ ਬਾਬਤ ਸੀਲ ਵੀ ਜਿਹੜਾ ਉਹ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਗੁਰੂਘਰ ਸਾਹਿਬ ਦੇ ਬਾਹਰ ਜਿਹੜਾ ਇਹ ਧਮਾਕਾ ਹੋਇਆ, ਹਾਲਾਂਕਿ ਧਮਾਕੇ ਦਾ ਕਾਰਨ ਜਿਹੜਾ ਇੱਥੇ ਨਹੀਂ ਖੁੱਲ੍ਹ ਸਕਿਆ, ਖੁਲਾਸਾ ਇੱਥੇ ਨਹੀਂ ਹੋ ਸਕਿਆ ਕਿ ਆਖਿਰਕਾਰ ਕਿਉਂ ਇਹ ਧਮਾਕਾ ਜਿਹੜਾ ਹੋਇਆ ਤੇ ਫਿਲਹਾਲ ਜਾਨੀ ਨੁਕਸਾਨ ਤੋਂ ਵੀ ਜਿਹੜਾ ਬਚਾ ਰਿਹਾ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਧਮਾਕਾ ਜਿਹੜਾ ਹੋਇਆ ਤੇ ਜਾਨੀ ਨੁਕਸਾਨ ਤੋਂ ਇਸ ਦਰਮਿਆਨ ਬਚਾ ਰਿਹਾ। ਇਲਾਕੇ ਦੇ ਵਿੱਚ ਇਸ ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਫੋਰੈਂਸਿਕ ਟੀਮ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਲੋਕ ਜਿਹੜੇ ਨੇ ਉਹ ਸਹਿਮ ਗਏ ਨੇ ਤੇ ਲਗਾਤਾਰ ਇੱਥੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ। ਬਰੀਕੀ ਦੇ ਨਾਲ ਫੋਰੈਂਸਿਕ ਟੀਮ ਦੇ ਵੱਲੋਂ ਇੱਥੇ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕੇ ਦੇ ਕੀ ਕਾਰਨ ਇਹ, ਕਿਉਂ ਇਹ ਧਮਾਕਾ ਹੋਇਆ। ਤਾਂ ਦੱਸ ਦਈਏ ਕਿ ਜਾਨੀ ਨੁਕਸਾਨ ਦਾ ਫਿਲਹਾਲ ਜਿਹੜਾ ਬਚਾਅ ਦੱਸਿਆ ਜਾ ਰਿਹਾ ਤੇ ਉੱਥੇ ਪੂਰੇ ਇਲਾਕੇ ਨੂੰ ਸੀਲ ਵੀ ਕੀਤਾ ਗਿਆ। ਦੱਸ ਦਈਏ ਕਿ ਜੰਮੂ ਕਸ਼ਮੀਰ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਧਮਾਕਾ ਹੋਇਆ ਤੇ ਜਿਸ ਬਾਬਤ ਇੱਥੇ ਜਾਂਚ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਦੇ ਵੱਲੋਂ ਇੱਥੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪੂਰੀ ਟੀਮ ਇੱਥੇ ਮੌਕੇ 'ਤੇ ਪਹੁੰਚੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਧਮਾਕਾ ਹੋਇਆ, ਧਮਾਕੇ ਦੇ ਕਾਰਨ ਜਿਹੜੇ ਨੇ ਇੱਥੇ ਨਹੀਂ ਖੁੱਲ੍ਹ ਪਾਏ ਤੇ ਉੱਥੇ ਹੀ ਫੋਰੈਂਸਿਕ ਟੀਮ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਜਾਨੀ ਨੁਕਸਾਨ ਤੋਂ ਇਸ ਦਰਮਿਆਨ ਬਚਾ ਰਿਹਾ। ਤੇ ਹਾਲਾਂਕਿ ਕਾਰਨ ਜਿਹੜੇ ਨੇ ਇੱਥੇ ਨਹੀਂ ਖੁੱਲ੍ਹ ਪਾਏ, ਲੇਕਿਨ ਜਾਂਚ ਜਿਹੜੀ ਹੈ ਇੱਥੇ ਲਗਾਤਾਰ ਕੀਤੀ ਜਾ ਰਹੀ ਹੈ। ਉੱਥੇ ਹੀ ਗੁਰੂਘਰ ਦੇ ਬਾਹਰ ਜਿਹੜਾ ਇਹ ਧਮਾਕਾ ਹੋਇਆ, ਇਹ ਧਮਾਕੇ ਦੇ ਕਾਰਨ ਜਿਹੜੇ ਨੇ ਇੱਥੇ ਨਹੀਂ ਪਤਾ ਲੱਗ ਸਕੇ ਤੇ ਲਗਾਤਾਰ ਇੱਥੇ ਜਾਂਚ ਕੀਤੀ ਜਾ ਰਹੀ ਹੈ, ਕਾਰਨਾਂ ਦਾ ਪਤਾ ਇੱਥੇ ਲਗਾਇਆ ਜਾ ਰਿਹਾ। ਫਿਲਹਾਲ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਦੱਸਿਆ ਜਾ ਰਿਹਾ ਤੇ ਉੱਥੇ ਪੂਰੇ ਇਲਾਕੇ ਨੂੰ ਸੀਲ ਵੀ ਜਿਹੜਾ ਉਹ ਕੀਤਾ ਗਿਆ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦਾ ਇਹ ਮਾਮਲਾ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਵੱਡਾ ਧਮਾਕਾ ਹੋਇਆ। ਜ਼ਿਆਦਾ ਜਾਣਕਾਰੀ ਦੇ ਲਈ ਨੀਲਮ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਨੀਲਮ, ਇਹ ਧਮਾਕਾ ਜਿਹੜਾ ਹੋਇਆ, ਕੀ ਕੁਝ ਜਾਣਕਾਰੀ ਹੈ ਇਸ ਬਾਬਤ? ਸ਼ਮੀਲਾ, ਦੇਖੋ, ਜਦੋਂ ਤੋਂ ਇਹ ਧਮਾਕਾ ਹੋਇਆ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ। ਤਕਰੀਬਨ ਰਾਤ 11 ਵਜੇ ਤੋਂ ਬਾਅਦ ਇਹ ਧਮਾਕਾ ਹੋਇਆ ਤੇ ਪਹੁੰਚਦੇ ਜ਼ਿਲ੍ਹਾ ਹਸਪਤਾਲ ਦੇ ਨੇੜੇ ਇਹ ਜੋ ਹੈ ਬਲਾਸਟ ਹੋਇਆ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਤੇ ਇਸ ਕਾਰਨ ਜ਼ਿਆਦਾ ਇੱਥੇ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਤੇ ਚਾਈਨੀਜ਼ ਗਰਨੇਡ ਨਾਲ ਇੱਥੇ ਹਮਲਾ ਹੋਇਆ ਜੋ ਫਿਲਹਾਲ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਤੇ ਜੋ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਫ਼ ਹੁੰਦਾ ਨਜ਼ਰ ਆ ਰਿਹਾ ਕਿ ਇਹ ਜੋ ਬਲਾਸਟ ਹੋਇਆ ਚਾਈਨੀਜ਼ ਗਰਨੇਡ ਨਾਲ ਜਿਵੇਂ ਹੋਇਆ ਤੇ ਹੋਰ ਵੀ ਅੱਗੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੁਰੱਖਿਆ ਮੁਲਾਜ਼ਮ ਮੌਕੇ ਤੇ ਮੌਜੂਦ ਹੈ, ਫੋਰੈਂਸਿਕ ਟੀਮਾਂ ਮੌਕੇ ਤੇ ਮੌਜੂਦ ਹੈ ਜੋ ਇੱਥੇ ਪੂਰੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਕਿਵੇਂ ਇੱਥੇ ਧਮਾਕਾ ਹੋਇਆ। ਗੁਰਦੁਆਰਾ ਬੈਠਕ ਮਹੰਤ ਮੋਹਨ ਸਿੰਘ ਦੇ ਬਾਹਰ ਇਹ ਧਮਾਕਾ ਹੋਇਆ ਤੇ ਹਰ ਪਾਸੇ ਇਸ ਸਮੇਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹਨਾਂ ਨੇ ਇਸ ਧਮਾਕੇ ਨੂੰ ਅੰਜਾਮ ਦਿੱਤਾ, ਕੌਣ ਇਸ ਦੇ ਪਿੱਛੇ। ਪੂਰੀ ਜਾਂਚ ਇਸ ਸਮੇਂ ਤੇ ਕੀਤੀ ਜਾ ਰਹੀ ਹੈ। ਬੈਠਕ ਮਹੰਤ ਸਿੰਘ ਗੁਰਦੁਆਰੇ ਦੇ ਬਾਹਰ ਇਹ ਧਮਾਕਾ ਹੋਇਆ ਤੇ ਸੁਰੱਖਿਆ ਬਲਾਂ ਵੱਲੋਂ ਫਿਲਹਾਲ ਸਰਚ ਆਪਰੇਸ਼ਨ ਚਲਾ ਲਿਆ ਗਿਆ ਪਰ ਫਿਲਹਾਲ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਉਸ ਸਮੇਂ ਤੇ ਕਿ ਜੋ ਸਥਾਨਕ ਲੋਕ ਉਸ ਸਮੇਂ ਉੱਥੇ ਮੌਜੂਦ ਸਨ ਉਹ ਘਬਰਾ ਗਏ ਸੁਣ ਕੇ ਤੇ ਘਬਰਾਹਟ ਵਿੱਚ ਉਹ ਖੁੱਲੇ ਅਸਮਾਨ ਹੇਠਾਂ ਆ ਗਏ ਤੇ ਇਹ ਵੀ ਦੇਖਿਆ ਗਿਆ ਇਸ ਸਮੇਂ ਵੀ ਉੱਥੇ ਮੌਕੇ ਤੇ ਸੁਰੱਖਿਆ ਬਲ ਤੈਨਾਤ ਕੀਤਾ ਗਿਆ ਤਾਂ ਜੋ ਅੱਗੇ ਕੁਝ ਹੋਰ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਪੂਰੇ ਇਲਾਕੇ ਦੀ ਘੇਰਾਬੰਦੀ ਵੀ ਇਸ ਦੌਰਾਨ ਕਰ ਦਿੱਤੀ ਗਈ ਹੈ ਤੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਨੇੜੇ ਲੁਕਿਆ ਤਾਂ ਨਹੀਂ ਹੋਇਆ ਇਸੇ ਧਮਾਕੇ ਨੂੰ ਅੰਜਾਮ ਦੇਣ ਤੋਂ ਬਾਅਦ ਕਿਤੇ ਹੋਰ ਤਾਂ ਨਹੀਂ ਚਲਾ ਗਿਆ ਤੇ ਪੁਲਿਸ ਅਤੇ ਫੌਜ ਨੇ
ਪੂਰੇ ਇਲਾਕੇ ਨੂੰ ਇਸ ਸਮੇਂ ਤੇ ਘੇਰਾ ਪਾਇਆ ਹੋਇਆ ਤੇ ਪੁਲਿਸ ਅਤੇ ਫੌਜ ਇਸ ਸਮੇਂ ਮੌਕੇ ਤੇ ਮੌਜੂਦ ਹੈ। ਫੋਰੈਂਸਿਕ ਟੀਮਾਂ ਨੇ ਸੈਂਪਲ ਵੀ ਲਏ ਨੇ, ਜੋ ਉੱਥੇ ਧਮਾਕਾ ਹੋਇਆ ਉਸ ਨੂੰ ਲੈ ਕੇ ਸੈਂਪਲ ਇੱਥੇ ਲਏ ਗਏ ਨੇ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਹੈਰਾਨੀ ਦੀ ਗੱਲ ਇੱਥੇ ਇਹ ਵੀ ਹੈ ਕਿ ਜਿਵੇਂ ਧਾਰਮਿਕ ਅਸਥਾਨ ਨੇੜੇ ਹੈ, ਹਸਪਤਾਲ ਨੇੜੇ, ਇਹ ਉਹ ਦੋ ਥਾਵਾਂ ਨੇ ਜਿੱਥੇ ਸਭ ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ ਤੇ ਟਾਈਮ ਰਾਤ ਦਾ ਸਮਾਂ ਚੁਣਿਆ ਗਿਆ ਕਿ ਜ਼ਿਆਦਾ ਕਿਸੇ ਨੂੰ ਨਾ ਪਤਾ ਲੱਗੇ। ਪਰ ਸਥਾਨਕ ਵਾਸੀ ਉਸ ਸਮੇਂ ਤੋਂ ਹੀ ਘਬਰਾਏ ਹੋਏ ਨੇ। ਹਰ ਪਾਸੇ ਇਹ ਜੋ ਹੈ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ, ਸੁਰੱਖਿਆ ਬਲ ਮੌਕੇ ਤੇ ਮੌਜੂਦ ਹੈ, ਪੂਰੀ ਜਾ ਰਹੀ ਹੈ ਤੇ ਜੋ ਧਮਾਕੇ ਦੀ ਪੂਰੀ ਆਵਾਜ਼ ਇੱਥੇ ਸੁਣੀ ਗਈ ਉਸ ਤੋਂ ਬਾਅਦ ਹੀ ਦਹਿਸ਼ਤ ਦਾ ਮਾਹੌਲ ਪੂਰੇ ਇਲਾਕੇ ਵਿੱਚ ਦੇਖਿਆ ਜਾ ਰਿਹਾ ਹੈ। ਹਰ ਪਾਸੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਇੱਥੇ ਨਹੀਂ ਦਿੱਤੀ ਜਾ ਰਹੀ ਤੇ ਜਾਂਚ ਤੋਂ ਬਾਅਦ ਜੋ ਹੈ ਇਹ ਤਸਵੀਰ ਸਾਫ਼ ਹੋਏਗੀ ਕਿ ਕਿਹੜੇ ਬੰਬ ਦੀ ਵਰਤੋਂ ਇਸ ਦੇ ਵਿੱਚ ਕੀਤੀ ਗਈ ਹੈ, ਕਿਉਂਕਿ ਫੋਰੈਂਸਿਕ ਐਕਸਪਰਟ ਮੌਕੇ ਤੇ ਮੌਜੂਦ ਹੈ, ਉਹਨਾਂ ਵੱਲੋਂ ਸੈਂਪਲ ਲਏ ਗਏ ਨੇ ਤੇ ਚਾਈਨੀਜ਼ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ। ਹਾਲਾਂਕਿ ਮਨਸ਼ਾ ਕੀ ਰਹੀ ਹੈ ਇਸ ਦੇ ਵਿੱਚ, ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਂਦਾ ਇਸ ਤਰ੍ਹਾਂ ਕਰਕੇ, ਤਾਂ ਇਹ ਜੋ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਲਈ ਫਿਲਹਾਲ ਜੋ ਸ਼ੁਰੂਆਤੀ ਜਾਂਚ ਵਿੱਚ ਸਾਹਮਣਾ ਹੈ ਤੇ ਗੁਰਦੁਆਰੇ ਦੀਆਂ ਕੰਧਾਂ ਨੂੰ ਫਿਲਹਾਲ ਨੁਕਸਾਨ ਪਹੁੰਚਿਆ। ਇਹ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤਾਂ ਕੁਝ ਨਹੀਂ ਹੋਇਆ, ਪਰ ਗੁਰਦੁਆਰੇ ਦੀਆਂ ਜੋ ਬਾਹਰਲੀ ਸਾਈਡ ਨੂੰ ਕੰਧਾਂ ਲੱਗਦੀਆਂ ਨੇ ਉਹਨਾਂ ਨੂੰ ਜ਼ਰੂਰ ਇੱਥੇ ਨੁਕਸਾਨ ਪਹੁੰਚਿਆ, ਜਿਸ ਨੂੰ ਲੈ ਕੇ ਇੱਥੇ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਪੁਲਿਸ ਵੀ ਮੌਕੇ ਤੇ ਇਸ ਸਮੇਂ ਤੇ ਵੀ ਤੈਨਾਤ ਹੈ। ਸੁਰੱਖਿਆ ਵਧਾ ਦਿੱਤੀ ਗਈ ਹੈ, ਅਕਸਰ ਇਸ ਇਲਾਕੇ ਵਿੱਚ ਦੇਖਿਆ ਜਾਂਦਾ ਹੈ ਕਿ ਸੁਰੱਖਿਆ ਪਹਿਲਾਂ ਤੋਂ ਤੈਨਾਤ ਹੁੰਦੀ ਹੈ, ਪਰ ਜਦੋਂ ਤੋਂ ਇਹ ਧਮਾਕਾ ਹੋਇਆ ਜਿਸ ਤਰ੍ਹਾਂ ਨਾਲ ਆਵਾਜ਼ ਇਸ ਧਮਾਕੇ ਦੀ ਸੁਣੇਗੀ ਉਸ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਮੌਕੇ ਤੇ ਮੌਜੂਦ ਹੈ, ਫੋਰੈਂਸਿਕ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਅੱਤਵਾਦੀ ਹਮਲਾ ਇਹ ਹੋ ਸਕਦਾ ਹੈ ਡਰੋਨ ਦੇ ਲਈ, ਜਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਕੀਤਾ ਗਿਆ, ਤਾਂ ਫੋਰੈਂਸਿਕ ਟੀਮ ਇਸ ਸਮੇਂ ਤੇ ਜਾਂਚ ਕਰ ਰਹੀ ਹੈ ਤੇ ਉੱਥੇ ਹੀ ਹੋਰ ਵੀ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਤੇ ਸਰਚ ਆਪਰੇਸ਼ਨ ਫਿਲਹਾਲ ਜਾਰੀ ਹੈ। ਜੀ ਨੀਲਮ, ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਗੁਰੂ ਘਰ ਦੇ ਬਾਹਰ ਇਹ ਧਮਾਕਾ ਹੋਇਆ ਤੇ ਧਮਾਕੇ ਦੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾ ਰਹੇ, ਲੇਕਿਨ ਗੁਰਦੁਆਰੇ ਦੀਆਂ ਕੰਧਾਂ ਨੂੰ ਇੱਥੇ ਨੁਕਸਾਨ ਜਿਹੜਾ ਪਹੁੰਚਿਆ ਗਿਆ ਉੱਥੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ। ਕਾਰਨ ਦਾ ਇੱਥੇ ਪਤਾ ਜਿਹੜਾ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਕਿਉਂ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੇ ਕਿਹਨਾਂ ਦੇ ਵੱਲੋਂ ਇਹ ਧਮਾਕਾ ਜਿਹੜਾ ਉਹ ਕੀਤਾ ਗਿਆ ਤੇ ਫੋਰੈਂਸਿਕ ਟੀਮ ਦੇ ਵੱਲੋਂ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪੂਰੇ ਇਲਾਕੇ ਨੂੰ ਇੱਥੇ ਸੀਲ ਵੀ ਜਿਹੜਾ ਕਰ ਦਿੱਤਾ ਗਿਆ ਤੇ ਲਗਾਤਾਰ ਇੱਥੇ ਚੈਕਿੰਗ ਜਿਹੜੀ ਹੈ ਜਾਰੀ ਹੈ, ਪੁਲਿਸ ਤੈਨਾਤ ਹੈ, ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਫੋਰਸ ਵੀ ਇੱਥੇ ਤੈਨਾਤ ਕੀਤੀ ਗਈ ਹੈ ਤਾਂ ਕਿ ਕਾਰਨਾਂ ਦਾ ਜਿਹੜਾ ਪਤਾ ਲਗਾਇਆ ਜਾ ਸਕੇ ਤੇ ਕਿਉਂ ਇਸ ਤਰ੍ਹਾਂ ਦੇ ਜਿਹੜਾ ਧਮਾਕੇ ਨੂੰ ਅੰਜਾਮ ਇੱਥੇ ਦਿੱਤਾ ਗਿਆ ਤੇ ਕਿਸ ਤਰ੍ਹਾਂ ਦਾ ਮੰਤਵ ਸੀ ਜਿਨ੍ਹਾਂ ਵੱਲੋਂ ਇਸ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਉਸਦਾ ਵੀ ਇੱਥੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਲਗਾਤਾਰ ਇੱਥੇ ਪਤਾ ਲਗਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦਾ ਇਹ ਮਾਮਲਾ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਧਮਾਕਾ ਜਿਹੜਾ ਉਹ ਹੋਇਆ ਤੇ ਫੋਰੈਂਸਿਕ ਟੀਮ ਦੇ ਵੱਲੋਂ ਲਗਾਤਾਰ ਇੱਥੇ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਵੱਲੋਂ ਇੱਥੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਪੂਰੇ ਇਲਾਕੇ ਨੂੰ ਜਿਹੜਾ ਉਹ ਸੀਲ ਵੀ ਕਰ ਦਿੱਤਾ ਗਿਆ ਤੇ ਲਗਾਤਾਰ ਇੱਥੇ ਜਾਂਚ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਜੁਟਿਆ ਹੋਇਆ ਤੇ ਸੁਰੱਖਿਆ ਵੀ ਇੱਥੇ ਵੱਡੀ ਤਾਦਾਦ ਦੇ ਵਿੱਚ ਤੈਨਾਤ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਗੁਰੂ ਘਰ ਦੇ ਬਾਹਰ ਇਹ ਧਮਾਕਾ ਹੋਇਆ ਤੇ ਮਨਸ਼ਾ ਇਸ ਪਿੱਛੇ ਕੀ ਰਹੀ ਇਸਦਾ ਹਾਲੇ ਖੁਲਾਸਾ ਜਿਹੜਾ ਨਹੀਂ ਹੋ ਪਾਇਆ, ਇੱਥੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੇ ਉਹ ਵੀ ਧਾਰਮਿਕ ਸਥਾਨ ਦੇ ਬਾਹਰ ਕਿਉਂ ਇਸ ਤਰ੍ਹਾਂ ਦੇ ਧਮਾਕੇ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਲਗਾਤਾਰ ਇੱਥੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ, ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਤੇ
ਜਾਨੀ ਨੁਕਸਾਨ ਤੋਂ ਇੱਥੇ ਫਿਲਹਾਲ ਜਿਹੜਾ ਬਚਾ ਰਿਹਾ ਤੇ ਗੁਰੂ ਘਰ ਦੇ ਬਾਹਰ ਇਹ ਧਮਾਕਾ ਜਿਹੜਾ ਉਹ ਹੋਇਆ ਤਾਂ ਦੱਸ ਦਈਏ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ, ਲੋਕ ਵੀ ਜਿਹੜੇ ਨੇ ਸਹਿਮੇ ਹੋਏ ਨੇ। ਵੱਡੀ ਗਿਣਤੀ ਦੇ ਵਿੱਚ ਇੱਥੇ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ ਹੈ।